ਨਹੀਂ, ਇਹ ਤੁਸੀਂ ਕੀ ਕਰ ਰਹੇ ਹੋ? ਐ ਨਾ ਲਗਾਓ, ਐ ਨਾ ਲਗਾਓ। ਇਹ ਤੁਸੀਂ ਕੀ ਕਰ ਰਹੇ ਹੋ? ਇਹ ਤਾਂ ਬੇਬੀ ਪਾਊਡਰ ਹੈ, ਇਹ ਨਹੀਂ ਲਾਉਣਾ। ਭੁੱਲ ਗਏ ਡਾਕਟਰ ਨੇ ਕੀ ਕਿਹਾ ਸੀ? ਕੀ ਕਿਹਾ ਸੀ? ਕਿ ਨਾੜੂ ਤੇ ਪਾਊਡਰ, ਤੇਲ ਜਾਂ ਕੁਝ ਹੋਰ ਨਹੀਂ ਲਗਾਉਣਾ ਚਾਹੀਦਾ। ਓ ਹਾਂ, ਇਹ ਤਾਂ ਮੈਂ ਭੁੱਲ ਹੀ ਗਿਆ ਸੀ। ਬੱਚਾ ਮੇਰਾ ਬੱਚਾ, ਰੁਕੋ ਜ਼ਰਾ। ਕੀ ਹੋਇਆ? ਆਪਣੇ ਗੰਦੇ ਹੱਥ ਬੱਚੇ ਨੂੰ ਨਾ ਲਗਾਓ। ਓਹੋ, ਦੂਰੋਂ ਹੀ ਵੇਖੋ। ਚੰਗਾ, ਇਹ ਵੇਖੋ ਨਾੜੂ ਚੜ ਗਿਆ, ਇੱਧਰ ਆਓ। ਇਹ ਕੀ ਹੈ? ਬੱਚੇ ਦਾ ਨਾੜੂ ਆਪਣੇ ਆਪ ਚੜ ਗਿਆ, ਸ਼ੁਕਰ ਹੈ ਕੁਝ ਨਹੀਂ ਹੋਇਆ। ਵਖਾ ਮੈਨੂੰ, ਵੇਖੋ। ਸ਼ੁਕਰ ਹੈ ਚੜ ਗਿਆ, ਲੈ ਫੜ। ਮੈਨੂੰ ਦਿਓ। ਮੇਰਾ ਬੱਚਾ ਹੁਣ ਵੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ। ਅੱਜ ਮੈਂ ਆਪਣੇ ਬੱਚੇ ਅਤੇ ਵੋਟੀ ਕੋਲੋਂ ਬਹੁਤ ਕੁਝ ਸਿੱਖਿਆ। ਜਿੱਦਾਂ ਨਾੜੂ ਨੂੰ ਹੱਥ ਨਾ ਲਾਓ, ਕਦੇ ਵੀ ਉਸ ਨੂੰ ਖਿੱਚੋ ਨਾ, ਅਤੇ ਨਾੜੂ ਦੇ ਉੱਪਰ ਕੁਝ ਵੀ ਨਾ ਲਾਓ, ਠੀਕ ਹੈ? ਹਾਂ, ਠੀਕ ਕਿਹਾ ਤੁਸੀਂ। ਨਾੜੂ ਦੇ ਆਸ ਪਾਸ ਦੀ ਚਮੜੀ ਲਾਲ ਹੋਵੇ, ਜਾਂ ਉਸ ਵਿੱਚ ਸੁੱਜਣ ਹੋਵੇ, ਜਾਂ ਉਸ ਵਿੱਚ ਪਾਣੀ ਨਿਕਲਦਾ ਹੋਵੇ, ਜਾਂ ਬੋ ਆਉਂਦੀ ਹੋਵੇ ਅਤੇ ਹੱਥ ਲਗਾਉਣ ਨਾਲ ਦਰਦ ਹੁੰਦਾ ਹੋਵੇ, ਤੇ ਇਹ ਸਭ ਬਿਮਾਰੀ ਦੀ ਨਿਸ਼ਾਨੀਆਂ ਹੋ ਸਕਦੀਆਂ ਹਨ। ਠੀਕ ਕਿਹਾ। ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਨਿਸ਼ਾਨ ਵਿਖਦੇ ਹੋਣ ਤਾਂ ਜਲਦੀ ਹੀ ਡਾਕਟਰ ਦੇ ਕੋਲ ਜਾਓ। ਮੇਰੀ ਤਰ੍ਹਾਂ ਇਹਨਾਂ ਸਭ ਗੱਲਾਂ ਦਾ ਧਿਆਨ ਰੱਖੋ ਅਤੇ ਚੰਗੇ ਮਾਂ ਪਿਓ ਬਣੋ।